अज आप इस वीडियो दे विच गल करांगे कि जो पिछे धरना लग्या सीगा PDFA दा, उस धरने दे विच की वापरिया, की मंगा सी, की मुद्दे सी, ते की रिजल्ट निकलिया उसका, वह आप सारी गलबात करांगे। मास्टर जी अपने नाल ने, आप उन्हां नाल गलबात करदे आं। धरना लगाया गया सीगा, इस धरने का सब तो पहला मकसद की सी, इहदे विच की मंगा सी, ते अपने नाल जिहड़े फार्मर भरा वह जुड़े सन ਜਾਂ ਸਾਥ ਦਿੱਤਾ ਸੀ ਜਾਂ ਨਹੀਂ ਦਿੱਤਾ ਸੀ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਾਨੂੰ ਸ਼ੁਰੂ ਤੋਂ ਲੈ ਕੇ ਦੱਸੋ ਜੀ। ਹਾਂਜੀ, ਜਿਹੜਾ ਧਰਨਾ ਸੀ ਮੇਨ, ਇਹ ਆਪਣਾ PDFA ਵੱਲੋਂ ਲਗਾਇਆ ਗਿਆ ਸੀ। ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਹੈ ਜੀ, ਆਪਣੇ ਕਿਸਾਨਾਂ ਦੀ ਬਣੀ ਹੋਈ ਹੈ ਪੰਜਾਬ ਦੀ, ਜਿਹੜੇ ਕਿ ਬਹੁਤ ਹੀ ਵਧੀਆ ਆਪਣੇ ਕਿਸਾਨਾਂ ਲਈ, ਡੇਅਰੀ ਪਸ਼ੂ ਪਾਲਕਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਇਹਨਾਂ ਨੇ ਕੀ ਕਰਿਆ ਸੀਗਾ ਜੀ, ਪਿੱਛੇ ਲਗਭਗ ਮਈ ਦੇ ਵਿੱਚ ਧਰਨਾ ਲੱਗਿਆ ਸੀ 11 ਮਈ ਨੂੰ। ਉਹਦੇ ਵਿੱਚ ਕੀ ਹੋਇਆ ਸੀਗਾ ਜੀ, ਫੈਸਲਾ ਵੀ 21 ਮਈ ਤੋਂ ਤੁਹਾਨੂੰ ਰੇਟ ਆ ਜਿਹੜਾ ਦੁੱਧ ਦੇ ਭਾਈ ਵਧਾ ਕੇ ਅਸੀਂ ਦੇ ਦਿਆ ਕਰਾਂਗੇ, 55 ਰੁਪਏ ਪ੍ਰਤੀ ਕਿਲੋ ਫੈਟ। ਜਿਵੇਂ ਵੇਰਕਾ ਦੇ ਹੁਣ ਆਪਾਂ ਕੰਪੇਅਰ ਕਰੀਏ ਜੀ, ਫੀਡ ਦੇ ਰੇਟਾਂ ਦੇ ਮੁਕਾਬਲੇ ਦੁੱਧ ਦੇ ਰੇਟ ਘੱਟ ਸੀ, ਪਰ ਯੂਨਿਟ ਜੇ ਆਪਾਂ ਕਰਕੇ ਵੀ ਲੀਟਰ ਦੁੱਧ ਪੈਦਾ ਕਰਨ ਲਈ ਜੋ ਖਰਚੇ ਸੀ ਉਹ ਵੱਧ ਗਏ ਸੀ। ਪਿਛਲੇ 20 ਸਾਲਾਂ ਦੀ ਹਿਸਟਰੀ ਦੇ ਵਿੱਚ ਇਹ ਹੋਇਆ ਜੀ ਵੀ ਫੀਡ ਦਾ ਖਰਚਾ ਵੱਧ ਸੀ, ਦੁੱਧ ਦਾ ਰੇਟ ਘੱਟ ਸੀ। ਨਹੀਂ, 5 ਰੁਪਏ ਮੰਨ ਲਓ ਜੇ 40 ਰੁਪਏ ਆਪਾਂ ਨੂੰ ਖਰਚਾ ਪੈਂਦਾ, 45 ਰੁਪਏ ਦੁੱਧ ਜਾ ਰਿਹਾ, ਤਾਂ ਉੱਥੇ ਜਾ ਕੇ ਸਰਵਾਈਵ ਕਰਦਾ ਜੀ ਫਾਰਮਰ। ਤਾਂ ਇਹਨਾਂ ਨੇ ਇੱਕ ਬਹੁਤ ਹੀ ਇਹ ਮੁੱਦਾ ਗੰਭੀਰ ਸੀ, ਵੱਡਾ ਐਜੀਟੇਸ਼ਨ ਆਰੰਭਿਆ ਸੀ, ਉਹ 21 ਦਿਨ ਦੇ ਵਿੱਚ ਹੀ ਫੈਸਲਾ ਹੋ ਗਿਆ ਸੀਗਾ ਜੀ, ਜਿਹੜੀ ਕਿਉਂਕਿ ਹੁਣ ਸਰਕਾਰ ਬਦਲੀ ਹੈ, ਕਰ ਰਹੀ ਹੈ ਕੁਛ ਨਾ ਕੁਛ ਕਿਸਾਨਾਂ ਲਈ। ਅਤੇ ਉਹ ਕਹਿੰਦੇ ਵੀ ਅਸੀਂ 55 ਰੁਪਏ ਕਿਲੋ ਫੈਟ ਤੁਹਾਨੂੰ ਦੇ ਤਾ, ਜੇ ਆਪਾਂ ਮੰਨੀਏ ਲਗਭਗ 2.5 ਤੋਂ 3 ਰੁਪਏ ਲੀਟਰ। ਉਹ ਕੀ ਹੋਇਆ ਜੀ, ਉਹ ਲਾਗੂ ਨਹੀਂ ਕਰ ਪਾਈ ਇਹ, ਪਤਾ ਨਹੀਂ ਤਾਂ ਜੀ ਕੋਈ ਟੈਕਨੀਕਲ ਮਿਸਟੇਕ ਹੈ, ਪਤਾ ਨਹੀਂ ਕੋਈ ਫੰਡ ਦੀ ਪ੍ਰੋਬਲਮ ਹੈ, ਪਤਾ ਨਹੀਂ ਕੀ ਹੋਇਆ। ਪਿਛਲੇ 3 ਮਹੀਨਿਆਂ ਤੋਂ ਬਕਾਏ ਆ ਜਿਹੜੇ ਮੰਨ ਤਾਂ ਗਏ ਸੀ ਉਹ ਲਾਰਜ ਫਾਰਮਰਾਂ ਨੂੰ ਵੀ ਆਪਾਂ ਦੇਣੇ ਆ, ਪਰ ਹਜੇ ਛੋਟੇ ਫਾਰਮਰਾਂ ਵਾਸਤੇ ਕੁਛ ਨਹੀਂ ਇਹਦੇ ਵਿੱਚ ਜੀ, ਆਪਾਂ ਡਾਇਰੈਕਟਲੀ ਦੱਸੀਏ, ਅਤੇ ਉਹ ਲਾਗੂ ਨਹੀਂ ਕਰ ਪਾਏ ਸੀ। ਹੁਣ ਕੀ ਹੋਇਆ, ਮਤਲਬ ਜਿਹੜਾ ਇਹਨਾਂ ਨੇ ਪਹਿਲਾਂ ਫੈਸਲਾ ਲਿਆ ਸੀਗਾ ਜੀ, ਹਾਂਜੀ, ਤੁਹਾਨੂੰ ਇੰਨੀ ਪ੍ਰਤੀ ਲੀਟਰ ਦੇ ਹਿਸਾਬ ਨਾਲ, ਫੈਟ ਦੇ ਹਿਸਾਬ ਨਾਲ ਆਪਾਂ ਰੇਟ ਦੇਵਾਂਗੇ, ਮਤਲਬ ਉਹ ਲਾਗੂ ਨਹੀਂ ਹੋਇਆ ਸੀਗਾ। ਲਾਗੂ ਨਹੀਂ ਹੋਇਆ ਸੀਗਾ ਜੀ, ਉਹਦੇ 'ਚੋਂ 20 ਰੁਪਏ ਕਿਲੋ ਫੈਟ ਲਾਗੂ ਹੋਇਆ ਸੀ, ਜਿਹੜਾ ਕਿ ਮਿਲਕ ਫੈਡ ਨੇ ਉਦੋਂ ਹੀ ਕਰਤਾ ਸੀਗਾ। ਪੰਜਾਬ ਸਰਕਾਰ ਦਾ 35 ਰੁਪਿਆਂ ਦਾ ਰੋਲ ਸੀਗਾ, ਉਹ ਨਹੀਂ ਉਹਨਾਂ ਨੇ ਦਿੱਤੇ ਸੀ, ਉਹ 35 ਰੁਪਿਆਂ ਨੂੰ ਲੈਣ ਖਾਤਰ ਹੀ ਮੇਨ ਇਹ ਧਰਨਾ ਲਗਾਇਆ ਗਿਆ ਸੀਗਾ ਜੀ। ਆਪਣਾ PDFA ਦਾ ਸੈਮੀਨਾਰ ਹੁੰਦਾ ਮਹੀਨਾਵਾਰੀ, ਪਹਿਲਾਂ ਚਲੋ ਕਰੋਨਾ ਕਰਕੇ ਬੰਦ ਰਹੇ ਆ, ਹੁਣ ਚੱਲੂਗਾ। 18 ਮਈ ਨੂੰ ਹੋਇਆ ਸੀ ਉਹ ਲੁਧਿਆਣਾ ਗੁਰੂ ਨਾਨਕ ਭਵਨ ਵਿਖੇ, ਉੱਥੇ ਆਪਣੇ ਜਿਹੜੇ ਪ੍ਰਧਾਨ ਹੈ ਜੀ, ਮੈਂ ਤਾਂ ਉਹਨਾਂ ਨੂੰ ਸਲਿਊਟ ਕਰਨਾ ਬਣਦਾ, ਬਹੁਤ ਹੀ ਵਧੀਆ ਆਪਣੀ ਡਿਊਟੀ ਨਿਭਾ ਰਹੇ ਆ, ਕਿਉਂਕਿ ਉਹਨਾਂ ਦਾ ਜਿਹੜਾ ਅਹੁਦਾ ਹੈ ਨਾ ਜੀ, ਜੇ ਆਪਾਂ ਕਹਿ ਦਈਏ ਜਿਵੇਂ ਹਰਪਾਲ ਸਿੰਘ ਜੀ ਚੀਮਾ ਆਪਣੇ ਫਾਈਨੈਂਸ ਮਿਨਿਸਟਰ ਹੈ, ਭਵਨ ਸਿੰਘ ਜੀ ਮਾਨ, ਸਾਰੇ ਉਹਨਾਂ ਦੇ ਮਿੱਤਰੀ ਹੈ, ਬਹੁਤ ਵਧੀਆ ਉਹਨਾਂ ਸੀਗੇ। ਇਹਨਾਂ ਨੂੰ ਕਹਿੰਦੇ ਵੀ ਤੁਸੀਂ ਕੈਬਨਿਟ 'ਚ ਵੀ ਦੱਸੋ ਕਿਹੜਾ ਅਹੁਦਾ ਦੇ ਦਿਓ, ਕਹਿੰਦਾ ਜੀ ਮੈਨੂੰ ਨਹੀਂ ਚਾਹੀਦਾ ਕੋਈ ਅਹੁਦਾ, ਮੈਨੂੰ ਤਾਂ ਮੇਰੇ ਪਸ਼ੂ ਪਿਆਰੇ ਆ, ਪਸ਼ੂ ਪਾਲਕਾਂ ਲਈ ਮੈਂ ਕੰਮ ਕਰਨਾ। ਜਦੋਂ ਕਿ ਪਿੱਛੇ ਜੇ ਉਹਦੇ ਨਾਲ ਮੀਟਿੰਗਾਂ ਕਰ ਰਹੇ ਸੀ, ਜਦੋਂ ਉਹ ਵੀ ਮੁੱਕਰਦੇ ਦਿਸੇ ਤਾਂ ਕਹਿੰਦਾ ਜੀ ਮੈਂ ਤੁਹਾਡੇ ਵੀ ਖਿਲਾਫ਼ ਹੋ ਜੂੰ। ਇਹਨਾਂ ਦੇ ਖਿਲਾਫ਼ ਹੋ ਕੇ ਉਹਨਾਂ ਨੇ 24 ਤਰੀਕ ਨੂੰ ਲੁਧਿਆਣਾ ਵਿਖੇ ਮਿਲਕ ਪਲਾਂਟ ਵਿਖੇ ਪੱਕਾ ਧਰਨੇ ਦਾ ਐਲਾਨ ਕੀਤਾ ਸੀਗਾ ਜੀ 18 ਤਰੀਕ ਨੂੰ। ਉਹਦੇ ਵਿੱਚੋਂ ਕੀ ਹੋਇਆ ਜੀ, ਬਹੁਤ ਹੀ ਤਾਦਾਦ ਦੇ ਵਿੱਚ, ਜਿਵੇਂ ਉਹਨਾਂ ਨੇ ਕਿਹਾ, ਜਿੰਨਾ ਉਮੀਦ ਕਰੀ ਸੀ ਉਸ ਤੋਂ ਵੀ ਜ਼ਿਆਦਾ ਇਕੱਠ ਜੀ, ਹੁਣ ਆਪਾਂ ਗਿਣਤੀ ਤਾਂ ਕਹਿਣਾ ਮੁਸ਼ਕਲ ਹੋ ਸਕਦਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਸੀਗਾ ਜੀ। ਅਤੇ ਉਹ ਜਦੋਂ ਪਹੁੰਚੇ ਉੱਥੇ ਜੀ, 24 ਤਰੀਕ ਤੋਂ ਲੈ ਕੇ ਉਹਨਾਂ ਨੇ ਉਦੋਂ ਹੀ ਆਪਾਂ ਨੂੰ ਅਗਲੇ ਦਿਨ ਹੀ 25 ਤਰੀਕ ਤੋਂ 26 ਦੀ ਮੀਟਿੰਗ ਦਿੱਤੀ ਜੀ ਭਵਨ ਸਿੰਘ ਜੀ ਮਾਨ ਨਾਲ, ਸਿੱਧਾ ਉਹਨਾਂ ਨੇ ਮਿਲਣ ਸਾਰ ਉਹ ਕਹਿੰਦੇ ਜੀ ਅਸੀਂ ਕਰ ਰਹੇ ਹਾਂ, 15 ਸਤੰਬਰ ਤੱਕ ਤੁਹਾਡੀ ਇਹ ਮੰਗ ਹੈ ਜਿਹੜੀ ਪੂਰੀ ਕਰਾਂਗੇ ਜੀ, ਹਰ ਹਾਲਤ 'ਚ ਤੁਹਾਡੇ ਖਾਤਿਆਂ 'ਚ ਪੈਸੇ ਆ ਜਾਣਗੇ, ਲਾਰਜ ਫਾਰਮਰਾਂ ਦਾ ਜੋ ਬਕਾਇਆ ਰੁਕਿਆ ਹੋਇਆ 21 ਮਈ ਤੋਂ ਲੈ ਕੇ। ਨਹੀਂ, ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਹੜਾ ਉਹਦਾ ਬਕਾਇਆ ਬਣਦਾ ਹੈਗਾ ਉਹ ਦਿੱਤਾ ਜਾਵੇਗਾ ਜੀ, ਉਹ ਦਿੱਤਾ ਜਾਵੇਗਾ, ਪਲੱਸ ਆ 21 ਤਰੀਕ ਤੋਂ 35 ਰੁਪਏ ਜਿਹੜਾ ਮੰਨ ਲਓ ਲਾਗੂ ਹਜੇ ਉਦੋਂ ਨਹੀਂ ਹੋਇਆ ਸੀ, ਉਹ ਹੁਣ ਸਾਰੇ ਆਮ ਫਾਰਮਰਾਂ ਨੂੰ ਵੀ ਰੇਟ ਮਿਲ ਜੂਗਾ। ਓਕੇ, ਹਾਂਜੀ, ਉਹ 35 ਰੁਪਏ ਕਿਲੋ ਫੈਟ ਆ। ਅਤੇ ਅਗਲੇ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਇਹ ਵੀ ਵਾਅਦਾ ਕਰਿਆ ਜੀ 5 ਰੁਪਏ ਲੀਟਰ ਹੈ ਜਿਹੜਾ ਦੁੱਧ ਅਸੀਂ ਵਧਾਵਾਂਗੇ। ਅਤੇ ਇੱਕ ਹੋਰ ਸੀ ਜੀ ਮੇਨ ਮੰਗ ਆਪਣੀ, ਵੀ ਜਿਹੜਾ ਕਿ ਸਰਵੇ ਨਹੀਂ ਪ੍ਰੋਪਰ ਹੋ ਪਾਇਆ ਸੀ, ਜਿੰਨੇ ਪਸ਼ੂ ਮਰੇ ਆ ਪਿੰਡਾਂ ਦੇ ਵਿੱਚ, ਕਿਉਂਕਿ ਅਸਲ ਦੇ ਵਿੱਚ ਕੁਛ ਕੁ ਤਾਂ ਆਪਣੇ ਲੋਕਾਂ ਨੂੰ ਸਮਝ ਦੀ ਗੱਲ ਆ ਲਓ ਜੀ, ਡਾਟਾ ਹੀ ਨਹੀਂ ਉਹਨਾਂ ਕੋਲ ਸਹੀ ਪਹੁੰਚਿਆ ਸੀ, ਉਹਨਾਂ ਦੇ 5-6 ਹਜ਼ਾਰ ਪਸ਼ੂ ਪਹੁੰਚਿਆ ਸੀ ਵੀ ਸਾਡਾ ਜਿਹੜਾ ਰਿਕਾਰਡ ਦੇ ਅਕੋਰਡਿੰਗ ਡੈਥ ਹੋਈ ਹੈ, ਪਰ ਜੇ ਐਕਚੁਅਲ ਦੇ ਵਿੱਚ ਦੇਖੀਏ ਤਾਂ ਉਹ 1.5 ਲੱਖ ਦੇ ਲਗਭਗ ਜੀ ਪੂਰੇ ਪੰਜਾਬ 'ਚ ਡੈਥ ਹੋਈ ਹੈ। ਅਤੇ ਉਹਦਾ ਡਾਟਾ ਵੀ ਉਹ ਕਹਿੰਦੇ ਅਸੀਂ ਸਰਵੇ ਕਰਵਾ ਰਹੇ ਹਾਂ, ਬਣਦਾ ਮੁਆਵਜ਼ਾ ਕੋਸ਼ਿਸ਼ ਕਰਾਂਗੇ ਵੀ ਜਿੰਨਾ ਮੈਕਸੀਮਮ ਹੋਇਆ, 50 ਹਜ਼ਾਰ ਦੀ ਮੰਗ ਕਰੀਏ ਵੀ ਅਸੀਂ ਦੇਵਾਂਗੇ।
ਜਿਨ੍ਹਾਂ ਦੇ ਪਸ਼ੂ ਮਰੇ ਨਹੀਂ ਪਸ਼ੂ ਦੇ ਹਿਸਾਬ ਨਾਲ 50,000 ਰੁਪਏ ਹਾਂਜੀ ਪਰ ਪਸ਼ੂ 50,000 ਰੁਪਏ ਜਿਹੜੇ ਕਿਸਾਨ ਦਾ ਮਰਿਆ ਬਾਕੀ ਉਹ ਵੀ ਗਰਾਊਂਡ ਲੈਵਲ ਤੇ ਥੋੜਾ ਚੈੱਕ ਕਰਨਗੇ ਵੀ ਬਾਕੀ ਸਹੀ ਹੈ ਨਾ ਜੇ ਸਹੀ ਹੋ ਤਾਂ ਕੋਸ਼ਿਸ਼ ਕਰਨਗੇ ਵੀ ਅਸੀਂ ਗਰਾਊਂਡ ਲੈਵਲ ਉੱਥੇ ਕਿਵੇਂ ਚੈੱਕ ਕੀਤਾ ਜਾਊਗਾ ਵੀ ਇਹਦਾ ਪਸ਼ੂ ਵਾਕਈ ਮਰਿਆ ਇਹਦੇ ਨਾਲ ਉਹਦੇ ਕੀ ਪ੍ਰੂਫ ਕੀ ਹੋਣਗੇ ਜੀ ਉਹਦੇ ਦੇਖੋ ਜੀ ਪਹਿਲੀ ਤਾਂ ਗੱਲ ਅੱਜ ਤੋਂ 3 ਸਾਲ ਪਹਿਲਾਂ ਇੱਕ ਤਾਂ ਨਹੀਂ ਆਪਣੇ ਲੋਕਾਂ ਦੇ ਵਿੱਚ ਇਹ ਆ ਵੀ ਹਰੇਕ ਚੀਜ਼ ਮੁਫਤ ਦੀ ਭਾਲਦੇ ਆ ਹੈ ਨਾ ਹੁਣ ਉਹਨਾਂ ਨੇ ਟੈਗਿੰਗ ਸ਼ੁਰੂ ਕੀਤੀ ਵੀ ਭਾਈ ਜਿਹੜੇ ਸਰਕਾਰੀ ਆਪਣੇ ਵੈਟਰਨਰੀ ਫਾਰਮਾਸਿਸਟ ਹੈਗੇ ਆ ਡਿਸਪੈਂਸਰੀਆਂ ਬਣੀਆਂ ਵੀ ਜੀ ਤੁਸੀਂ ਆਪਣੇ ਭਾਈ ਜਿਹਦੇ ਕੋਲ ਜਿਵੇਂ ਮੇਰਾ ਆਧਾਰ ਕਾਰਡ ਨੰਬਰ ਮਨਪ੍ਰੀਤ ਸਿੰਘ ਦੇ ਨਾਂ 'ਤੇ ਕਿੰਨੇ ਪਸ਼ੂ ਹੈ ਇਹਦੇ ਕੋਲ ਟੈਗਿੰਗ ਕੀਤੀ ਸਾਰੇ ਪਸ਼ੂਆਂ ਦੀ ਆਪਾਂ ਟੈਗਿੰਗ ਕਰਵਾਈ ਸੀ ਵੀ ਮੇਰੇ ਨਾਂ 'ਤੇ ਅੱਜ 20 ਪਸ਼ੂ ਬੋਲ ਰਹੇ ਆ ਵਾਕਈ ਇਹ 20 ਹੈਗੇ ਆ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਬਾਈ ਚਾਂਸ ਤਾਂ ਉੱਥੇ ਨੋਟ ਕਰਵਾਓ ਉਹ AI ਕਰਵਾਉਣੀ ਹੈ ਤਾਂ ਜੋ ਵੀ ਪੂਰਾ ਡਾਟਾ ਐਗਜੈਕਟ ਚੱਲੇ ਤਾਂ ਸੀ ਪਰ ਉਹ ਪ੍ਰੋਪਰ ਇੰਪਲੀਮੈਂਟ ਨਹੀਂ ਹੋ ਪਾਇਆ ਲੋਕਾਂ ਨੇ ਸਮਝਿਆ ਵੀ ਇਹ ਤਾਂ ਸਾਨੂੰ ਟੈਕਸ ਲਾ ਦੂ ਜੀ ਮੋਦੀ ਜਿਵੇਂ ਸਿੱਧੀ ਜੀ ਗੱਲ ਹੈ ਹੈ ਨਾ ਅਤੇ ਵੀ ਐਂ ਹੋ ਜੂ ਜੀ ਟੈਕਸ ਲੱਗ ਜੂ ਅਤੇ ਉਹ ਡਰਦਿਆਂ ਨੇ ਰਜਿਸਟਰਡ ਹੀ ਨਹੀਂ ਕਰਵਾਏ ਜੀ ਪਸ਼ੂ ਹੁਣ ਉਹ ਉੱਥੇ ਕਿਤੇ ਨਾ ਕਿਤੇ ਇਹ ਸਮੱਸਿਆ ਆ ਰਹੀ ਹੈ ਅਤੇ ਨਹੀਂ ਤਾਂ ਸਰਕਾਰਾਂ ਨੂੰ ਵੀ ਇਹਨਾਂ ਕੋਈ ਮੁਆਵਜ਼ੇ ਦੇਣ 'ਚ ਕੋਈ ਐਡੀ ਗੱਲ ਨਹੀਂ ਹੁੰਦੀ ਅਤੇ ਚਲੋ ਦੇਖਦੇ ਹਾਂ ਜੀ ਹੁਣ ਆਪਾਂ ਹਾਇਰ ਅਥਾਰਟੀ 'ਤੇ ਛੱਡਦੇ ਹਾਂ ਕਿਵੇਂ ਇਹ ਕਰਦੇ ਹਾਂ ਜਿਹੜਾ ਹੁਣ ਸਰਵੇ ਹੋਣਾ ਜੀ ਫਿਰ ਇਹ ਸਰਕਾਰੀ ਡਾਕਟਰ ਦੱਸਣਗੇ ਵੀ ਭਾਈ ਹਾਂ ਇਹ ਬੰਦੇ ਦੇ ਇੰਨੇ ਪਸ਼ੂ ਮਰੇ ਸੀਗੇ ਜਾਂ ਐਵੇਂ ਕੁਛ ਦੇਖੋ ਜੀ ਡਾਟਾ ਤਾਂ ਜਿਹੜਾ ਆਪਣਾ ਸਰਕਾਰੀ ਡਾਕਟਰ ਦੇ ਕਹਿ ਲਈਏ ਫਾਰਮਾਸਿਸਟ ਕਹਿ ਲਈਏ ਉਹਨਾਂ ਕੋਲ ਹੀ ਹੈ ਨਾ ਪਿੰਡ ਦੇ ਕਿੰਨੇ ਪਸ਼ੂ ਹੈ ਹੁਣ ਜੇ ਆਪਾਂ ਹੋਰ ਕਿਸੇ ਨੂੰ ਪੁੱਛੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਤੋਂ ਮਿਲ ਸਕਦਾ ਉਹਦਾ ਹੀ ਮਾਸਟਰ ਜੀ ਆਪਾਂ ਇੱਥੇ ਗੱਲ ਇਹ ਕਰਦੇ ਹਾਂ ਵੀ ਉਹਦਾ ਕੋਈ ਰਿਕਾਰਡ ਵੀ ਹੋਣਾ ਚਾਹੀਦਾ ਵੀ ਯਾਰ ਇਹਦੇ ਹਾਂ ਟੈਸਟ ਹੋਏ ਸੀ ਪਸ਼ੂ ਦੇ ਜਾਂ ਵੀ ਭਾਈ ਇਹਦੀ ਕੋਈ ਰਿਪੋਰਟ ਤਿਆਰ ਹੋਈ ਸੀਗੀ ਵੀ ਇਹ ਪਸ਼ੂ ਵੀ ਇਹ ਡਾਕਟਰ ਨੇ ਦਵਾਈ ਲਾਈ ਸੀ ਵੀ ਇਹ ਤਾਂ ਭਾਈ ਵੀ ਇਹ ਤਾਂ ਮਰ ਚੁੱਕਿਆ ਹੈਗਾ ਵੀ ਇਹਦਾ ਰਿਕਾਰਡ ਆ ਜਿਹੜਾ ਵੀ ਸਾਡੇ ਕੋਲ ਹੈਗਾ ਵੀ ਹਾਂ ਅਸੀਂ ਟ੍ਰੀਟਮੈਂਟ ਵੀ ਕਰਿਆ ਸੀਗਾ ਕੋਈ ਇੱਦਾਂ ਦੀ ਗੱਲਬਾਤ ਹੋਊਗੀ ਕਿ ਸਿਰਫ ਆਪਾਂ ਬਸ ਵੀ ਹਾਂ ਭਾਈ ਆਹ ਬੰਦੇ ਕੋਲ ਇੰਨੇ ਪਸ਼ੂ ਸੀ ਵੀ ਅਸੀਂ ਦੇਖਿਆ ਵੀ ਇਹਦਾ ਇੰਨੇ ਪਸ਼ੂ ਮਰ ਗਏ ਹੁਣ ਦੇਖੋ ਜੀ ਇੱਥੇ ਪ੍ਰੋਬਲਮ ਇਹੀ ਹੈ ਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀਏ ਕਿਉਂਕਿ ਰਿਕਾਰਡ ਤਾਂ ਪ੍ਰੋਪਰ ਉਹਨਾਂ ਕੋਲ ਇਹ ਨਹੀਂ ਵੀ ਪਸ਼ੂ ਇਹਦੇ ਕੋਲ ਕਿੰਨੇ ਆ ਸਮਝ ਗਏ ਜੀ ਹੁਣ ਇਹ ਤਾਂ ਦੇਖੋ ਜੀ ਆਪਾਂ ਜਿਵੇਂ ਕਿਹਾ ਵੀ ਹਾਇਰ ਅਥਾਰਟੀ ਜਿਵੇਂ ਵੀ ਉਹਨਾਂ ਨੂੰ ਸਹੀ ਲੱਗੂ ਉਵੇਂ ਉਹ ਸਰਵੇ ਕਰਵਾਉਣਗੇ ਕਿਉਂਕਿ ਗੱਲ ਇਹੋ ਜਿਹੀ ਨਹੀਂ ਹੁੰਦੀ ਹੁਣ ਪਿੱਛੇ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵੀ ਤਾਂ ਮੁਆਵਜ਼ੇ ਮਿਲੇ ਹੀ ਆ ਅਤੇ ਵੀ ਇਹ ਚਲੋ ਸਰਕਾਰ 'ਤੇ ਹੀ ਡਿਪੈਂਡ ਹੈ ਜੀ ਦੇਖੋ ਕਿਵੇਂ ਸਰਵੇ ਕਰਵਾਉਂਦੀ ਆ ਕਿੰਨਾ ਕੁ ਇਹਦੇ ਵਿੱਚ ਅਤੇ ਕੁਛ ਲੋਕਾਂ ਨੂੰ ਮਿਲਦੀ ਆ ਸਮਾਂ ਕਿੰਨਾ ਕੁ ਦਿੱਤਾ ਜੀ ਉਹਨਾਂ ਨੇ ਵੀ ਸਮਾਂ ਕਿੰਨਾ ਕੁ ਲੱਗ ਸਕਦਾ ਸਮਾਂ ਦੇਖੋ ਜੀ ਇਹ ਤਾਂ ਜਿਵੇਂ 15 ਸਤੰਬਰ ਦੇ ਤਾ ਆਪਣਾ ਜਿਹੜਾ ਪੈਂਡਿੰਗ ਫੰਡ ਹੈ ਇਹਦੇ 'ਤੇ ਤਾਂ ਜੀ ਦੇਖੋ ਸਮਾਂ ਤਾਂ ਲੱਗ ਕੇ ਥੱਕਦਾ ਜੀ ਦੇਖੋ ਕਿੰਨਾ ਵੀ ਲੱਗ ਸਕਦਾ ਪਰ ਇੰਨੀ ਗੱਲ ਹੈ ਵੀ ਦੇ ਜ਼ਰੂਰ ਦੇਣਗੇ ਕੁਛ ਨਾ ਕੁਛ ਜਿਹੜਾ ਆਪਣਾ ਪੈਂਡਿੰਗ ਫੰਡ ਹੈ ਜੀ ਇਹ ਸਿਰਫ ਇਕੱਲਾ ਉਹੀ ਦੇ ਰਿਹਾ ਕਿ ਹੋਰ ਵੀ ਕੋਈ ਦੁੱਧ ਵਧਾਉਣ ਦੀ ਗੱਲ ਕੀਤੀ ਹੈ ਜੀ ਵੀ ਅੱਗੇ ਵਧੂਗਾ ਦੁੱਧ ਵਧੂ ਤਾਂ ਜੀ ਜਿਹੜਾ ਮੰਨ ਲਓ ਜਿਵੇਂ ਆਪਾਂ ਗੱਲ ਕਰਤੀ 55 ਰੁਪਏ ਕਿਲੋ ਫੈਟ ਉਹ ਤਾਂ ਵਧਾ ਹੀ ਚੁੱਕੇ ਆ ਹੁਣ ਤੋਂ ਤਾਂ ਲਾਗੂ ਕਰਤਾ ਆ 21 ਤਰੀਕ ਤੋਂ ਅੱਛਾ ਜੀ ਇਹ ਲਾਗੂ ਕਰਤਾ ਉਦੋਂ ਉਹਨਾਂ ਨੇ ਹਜੇ ਕਿਹਾ ਸੀ ਵੀ ਅਸੀਂ ਵਧਾ ਦੇ ਦੇਵਾਂਗੇ ਉਹ ਦਿੱਤਾ ਨਹੀਂ ਸੀ ਹੁਣ ਤੋਂ ਤਾਂ ਜਿਹੜਾ ਆਊਗਾ ਉਹ ਪੇਮੈਂਟ ਜੁੜ ਕੇ ਆਊਗੀ ਜੀ ਜਿਹੜੇ ਪੈਂਡਿੰਗ ਆ ਉਹ ਵੀ ਆ ਜਾਣਗੇ ਸੋ ਜੋ ਵੀ ਧਰਨਾ ਲੱਗਿਆ ਸੀ ਤੁਹਾਨੂੰ ਕੀ ਲੱਗਿਆ ਉਹਦਾ ਕੋਈ ਆਪਾਂ ਨੂੰ ਫਾਇਦਾ ਹੋਇਆ ਜੀ ਕਿਸਾਨ ਜੁੜੇ ਸੀ ਆਪਣੇ ਨਾਲ ਬਿਲਕੁਲ ਜੀ ਬਿਲਕੁਲ ਦੇਖੋ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਜਿੰਨਾ ਚਿਰ ਬੱਚਾ ਰੋਵੇ ਨਾ ਮਾਂ ਵੀ ਦੁੱਧ ਨਹੀਂ ਦਿੰਦੀ ਸਰਕਾਰਾਂ ਚਾਹੇ ਕੋਈ ਵੀ ਹੋਵੇ ਇਹ ਵਾਅਦੇ ਕਰਕੇ ਭੁੱਲ ਜਾਂਦੀਆਂ ਅਤੇ ਪਤਾ ਉਹਨੂੰ ਲੱਗਦਾ ਇੱਕ ਤਾਂ ਬਿਮਾਰੀ ਆ ਗਈ ਇੱਕ ਰੇਟ ਨਹੀਂ ਪੂਰਾ ਮਿਲ ਰਿਹਾ ਡੇਅਰੀ ਫਾਰਮਰਾਂ ਦਾ ਵਿਚਾਰਿਆਂ ਦਾ ਜੇ ਆਪਾਂ ਪੰਜਾਬੀ 'ਚ ਕਹਿ ਲਈਏ ਜਲੂਸ ਨਿਕਲ ਗਿਆ ਉਹਨਾਂ ਨੂੰ ਹੌਂਸਲੇ ਦੇ ਦੇ ਪਿੰਡਾਂ ਦੇ ਵਿੱਚ PDFA ਨੂੰ ਮੈਂ ਧੰਨਵਾਦ ਕਰਦਾ ਵਿਚਾਰਿਆਂ ਨੇ ਫਾਰਮੂਲੇ ਨੂੰ 40 ਰੁਪਏ ਲੀਟਰ ਲੈ ਕੇ ਦਿੱਤੀ ਜਿਹੜੀ 100 ਤੋਂ ਕ੍ਰੋਸ ਕਰ ਗਈ ਸੀ ਇਹ ਹਰੇਕ ਕੰਪਨੀਆਂ ਜੋ ਵੀ ਆ ਵੀ ਸਾਡੇ ਪ੍ਰੋਡਕਟ ਕਿਸਾਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਮੈਂ ਕਰਾਂ ਤਾਂ ਕੀ ਕਰਾਂ ਕਈ ਤਾਂ ਪਸ਼ੂ ਇਲਾਜ ਨੂੰ ਵੀ ਮਰ ਗਏ ਆ ਹਾਂਜੀ PDFA ਅਵੇਅਰਨੈਸ ਹੈ ਜੀ ਬਹੁਤ ਜ਼ਰੂਰੀ ਹੈ ਮੈਂ ਕਹਿਣਾ ਵੀ ਜਿਹੜੇ ਫਾਰਮਰ ਨਹੀਂ ਜੁੜੇ ਜ਼ਰੂਰ ਜੁੜੋ ਉਹਨਾਂ 'ਤੇ ਦੇਖੋ ਜੀ ਇੱਕ ਗੱਲ ਮੈਂ ਤਾਂ ਕਹਿਣਾ ਵੀ ਅੱਖਾਂ ਮੀਚ ਕੇ ਯਕੀਨ ਕਰੋ ਤੁਸੀਂ ਜਦੋਂ ਤੇ ਯਕੀਨ ਕਰੋਗੇ ਮੈਂ ਕਹਿੰਦਾ ਅਗਲੇ 2 ਸਾਲਾਂ 'ਚ ਤੁਹਾਡਾ ਫਾਰਮ ਹੈ ਜਾਂ ਪਸ਼ੂ ਰੱਖਦੇ ਹੋ ਕਿਤੇ ਦੀ ਕਿਤੇ ਜਾਓਗੇ ਹੁਣ ਤੁਸੀਂ ਫਾਰਮਰ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਵੀ ਪਸ਼ੂ ਜਿਵੇਂ ਹੁਣ ਰੁਝਾਨ ਚੱਲ ਰਿਹਾ ਵੀ ਪਸ਼ੂ ਅਸੀਂ ਛੱਡ ਦਿੰਦੇ ਹਾਂ ਜੀ ਕਾਰਨ ਕੀ ਸੀ ਕਿ ਲੰਪੀ ਨੇ ਬਹੁਤ ਮਤਲਬ ਹੈ ਨਾ ਵੀ ਡਾਊਨ ਕਰਤੇ ਜੀ ਫਾਰਮਰ ਵੀ ਤੁਹਾਨੂੰ ਕੀ ਲੱਗਦਾ ਵੀ ਪਸ਼ੂ ਨੂੰ ਕੀ ਹੌਂਸ ਤੁਸੀਂ ਫਾਰਮਰਾਂ ਨੂੰ ਕੀ ਹੌਂਸਲਾ ਦੇਣਾ ਚਾਹੁੰਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਹੌਂਸਲੇ ਵਾਲੀ ਗੱਲ ਤਾਂ ਪਰਮਾਤਮਾ ਜਿਵੇਂ ਕਹਿੰਦੇ ਆ ਚੰਗਾ ਮਾੜਾ ਸਮਾਂ ਹਰੇਕ 'ਤੇ ਆਉਂਦਾ ਅਗਲੇ ਮੈਨੂੰ ਨਹੀਂ ਲੱਗਦਾ ਵੀ ਹੁਣ ਬਹੁਤ ਹੀ ਜ਼ਿਆਦਾ ਸਕੋਪ ਹੈ ਜਿਹੜਾ ਪ੍ਰੋਡਕਸ਼ਨ ਹੈ ਦੁੱਧ ਦੀ ਪੂਰੇ ਚੈੱਕ ਕਰੀਏ ਆਪਾਂ ਇੰਡੀਆ ਲੈਵਲ ਦੀ ਜੇ ਪੰਜਾਬ ਦੀ ਗੱਲ ਕਰੀਏ 15-20% ਦੁੱਧ ਘਟੂਗਾ ਜੀ ਹੁਣ ਜਿਹਦੇ ਕੋਲ ਪਸ਼ੂ ਜਿਹੜਾ ਹੈਗਾ ਰੇਟ ਵੀ ਵਧਣਗੇ ਦੁੱਧ ਦੇ ਰੇਟ ਵੀ ਵਧੀਆ ਆਉਣਗੇ
कोई गल नहीं, चंगा माड़ा समा आता रहा। देखो थोड़ा जहा अवेयरनैस करके है, पिछले साल भी वैक्सीन प्रोवाइड करवाई है PDFA ने, जिहड़ी कि जिन्हां पशुओं के लगी उन्होंने प्रॉब्लम आई नहीं। हुण उह की हो गया, लोगों च अवेयरनैस नहीं सी, लवाई नहीं सी। पंजाब सरकार भी चलो मुहिम चला रही है, पर कितना कि हजे बहुत गैप रह रहा जिहड़ी चीज़ दे विच, उपरों गल कुछ होर हुंदी है, नीचे कुछ होर है, तो सुधार हो जाना जी, कोई एड्डी गल नहीं। बहुत ही वधिया इह कीता, कोई घबराउण दी लोड़ नहीं जी, कोई छड्डण दी लोड़ नहीं, घाटे वाधे तो हरेक चीज़ ही है जी, है ना। सो दोस्तों, तुहानू मास्टर जी ने सारियां गल्लां क्लीयर कर दित्तियां ने कि यह धरना लग्या सी, धरने दे विच की मंगा सी, ते की मंगा सरकार ने जिहड़ा भरोसा दिता गा कि वह जिहड़ियां हैगियां एक दो लागू करतियां, ते कुछ अगे जाके जिहड़ा तुहानू होर कर देणगे। सो आपां हुण सारिआं नाल फार्मर भरावां नूं यही हौसला देण जा रहे हैं कि भी तुसीं घबराओ ना, चलो जो मारां पै गईआं पैंदियां रहिंदियां ने, सो फसलां ते भी पै गईआं सीगियां ते पशुआं ते भी पै गई। सो इन्हां गल्लां दा हुण चलो बड़ा चलो पै गया फर्क, पर कोई गल नहीं, है ना, कुदरत दी मार पैगी, पर हौसला ना छड्डिओ। आपदे जिहड़े तुसीं पुत्तां वांगू पशु पाले होए आ, इन्हां नूं एवें धेल्यां दे हिसाब नाल ना फड़ायो। सो प्लीज़ तुसीं पशु रखो, क्योंकि दुध दी देखो हर एक नूं लोड़ आ, ते दुध बिना नहीं सरदा गा। तो जेकर पशु आपां कटाई चलांगे, वेची जावांगे, तो आपां दुध दी पूर्ति कित्थों करांगे? तो जिहड़े नकली दुध तैयार करन वाले आ उन्हां नूं बढ़ावा मिलना गा। सो तुसीं इन्हां गल्लां दा ध्यान रखियो जी, कोई गल नहीं, मार पैगी हौली हौली जाके अगे जाके ठीक हो जूगा, दुध रेट भी अच्छा मिल जाना। सो पशु जरूर रखो जी, ध्यान रखो, बस केयर रखो अपने पशुओं की। सो मास्टर जी थोड़ा बहुत बहुत शुक्रिया जी, धन्यवाद तुसी जानकारी दी जी। सो सारे वीरां धन्यवाद जी, वीडियो चंगी लगे, जानकारी मिली होवे तां शेयर जरूर कर दो, थैंक यू जी।